ਵੈਸੇ ਜੀ ਆਪਾਂ ਪਹੁੰਚ ਗਏ ਹਾਂ ਫਰੀਮੈਂਟਲ ਪ੍ਰਿਜ਼ਨ ਅਤੇ ਵੱਜ ਗਏ 10 10:30 ਵਜੇ ਟੂਰ ਸ਼ੁਰੂ ਹੁੰਦਾ ਇੱਥੇ ਘੰਟੇ ਦਾ ਦੇਖਦੇ ਹਾਂ ਸਾਨੂੰ ਟਿਕਟਾਂ ਮਿਲਦੀਆਂ ਕਿ ਨਹੀਂ ਗਿਫਟ ਸ਼ੋਪ ਤੋਂ ਕਹਿੰਦੇ ਸਾਨੂੰ ਟਿਕਟਾਂ ਮਿਲ ਜਾਣਗੀਆਂ ਦੇਖਦੇ ਹਾਂ ਨਾ $20 ਦੀ ਟਿਕਟ ਹੈ ਘੰਟੇ 1 ਘੰਟੇ 15 ਮਿੰਟ ਦਾ ਟੂਰ ਹੈ ਆਪਾਂ ਨੂੰ ਮਿਲ ਗਿਆ ਜੀ ਇੱਕ ਬੱਚੇ ਦਾ ਜਿਹੜਾ ਹੈਗਾ $12 ਦੀ ਹੈ ਬਾਕੀ ਅਡਲਟ ਦੀ ਜਿਹੜੀ ਟਿਕਟ ਹੈ ਉਹ ਹੈ ਜੀ $22 ਦੀ ਅਤੇ $56 ਲੱਗੇ ਸਾਡੇ ਅਤੇ ਫਰੀਮੈਂਟਲ ਬਿਹਾਈਂਡ ਬਾਰਸ ਦੇਖਦੇ ਹਾਂ ਜੀ ਕਿੱਦਾਂ ਲੱਗਦਾ ਜਾ ਕੇ ਉਹ ਕਿੰਨੀ ਪੁਰਾਣੀ ਬਣੀ ਹੋਈ ਹੈ ਹਿਸਟਰੀ ਪੜ੍ਹਦੇ ਹਾਂ ਜੋ ਇੱਧਰ ਆ ਜਾਓ ਉਹ ਆਪਣੇ ਆਪ ਦੱਸਣਗੇ ਨਾ ਅਤੇ ਗਾਈਜ਼ ਇੰਨੀ ਪੁਰਾਣੀ ਜੇਲ੍ਹ ਹੋਣ ਕਰਕੇ ਇਸ ਨੂੰ ਵਰਲਡ ਹੈਰੀਟੇਜ ਸਾਈਟ ਵੀ ਬਣਾ ਦਿੱਤਾ ਗਿਆ 1860 ਤੋਂ ਲੈ ਕੇ 1990 ਤੱਕ ਪ੍ਰਿਜ਼ਨ 'ਚ ਬੰਦੇ ਰਹੇ ਹਨ ਇਹ ਜੋ ਖਤਰਨਾਕ ਅਪਰਾਧੀ ਆਪ ਦੇਖ ਰਹੇ ਹੈ ਯੰਗ ਨਿਪਟਣਾ ਹੈ ਇੰਡੀਆ ਸੇ ਔਰ ਇਹ ਰਹੇਗਾ ਆਪਣੀ ਮੰਜ਼ਿਲ ਸੇ ਕਹਿੰਦੇ 1 2 3 4 ਗਾਇਸ ਦੇਖੋ ਨੈੱਟ ਲਾਇਆ ਕੈਦੀਆਂ ਦੀ ਵੀ ਇੰਨੀ ਜ਼ਿਆਦਾ ਸੁਰੱਖਿਆ ਕੀਤੀ ਕੋਈ ਛਾਲ ਮਾਰ ਕੇ ਹੈ ਨਾ ਆਤਮ ਹੱਤਿਆ ਨਾ ਕਰ ਰਹੇ ਇੱਥੋਂ ਫਾਂਸੀ ਦਿੱਤੀ ਜਾਂਦੀ ਸੀ ਤਕਰੀਬਨ ਇੱਥੇ 44 ਬੰਦਿਆਂ ਨੂੰ ਫਾਂਸੀ ਦਿੱਤੀ ਗਈ ਸੀ ਉਸ 'ਚੋਂ ਇੱਕ ਇਸਤਰੀ ਸੀ ਨਾਲ ਹੀ ਤੁਸੀਂ ਇਹ ਜਿਹੜੀ ਚੇਅਰ ਦੇਖ ਰਹੇ ਹੋਵੋਗੇ ਇਹ ਇਸ ਕਰਕੇ ਰੱਖੀਏ ਜੇ ਬੰਦਾ ਉੱਥੇ ਬੇਹੋਸ਼ ਵੀ ਹੋ ਗਿਆ ਡਿਊਰਿੰਗ ਫਾਂਸੀ ਤਾਂ ਉਸ ਦੀ ਫਾਂਸੀ ਰੋਕੀ ਨਹੀਂ ਜਾਂਦੀ ਉਸ ਦੇ ਸਮੇਂ ਦੇ ਅਨੁਸਾਰ ਉਸ ਨੂੰ ਫਾਂਸੀ ਦੇਣੀ ਸੀ ਗਾਇਸ 1860 ਤੋਂ ਲੈ ਕੇ 70 ਦੇ ਵਿੱਚ ਸੈੱਲ ਜਿਹੜੇ ਸੀ ਬਹੁਤ ਛੋਟੇ ਸੀ ਦੇਖੋ ਬੰਦਾ ਮਸਾਂ ਹੀ ਫਿੱਟ ਆਉਂਦਾ ਸੀ ਲੇਕਿਨ ਹੌਲੀ ਹੌਲੀ 70 ਤੋਂ 1920 ਦੇ ਵਿੱਚ ਕੁਝ ਅਮੈਂਡਮੈਂਟਸ ਹੋਈਆਂ ਉਹਦੇ ਵਿੱਚ ਕਰਿਆ ਗਿਆ ਕਿ ਸੈੱਲਾਂ ਨੂੰ ਥੋੜ੍ਹਾ ਵੱਡਾ ਕੀਤਾ ਜਾਵੇ ਵਿੱਚ ਵਾਲੀ ਕੰਧ ਕੱਢ ਦਿੱਤੀ ਗਈ ਅਤੇ ਉਹਨਾਂ ਦੇ ਕੁਝ ਵਰਤਣ ਦਾ ਟੇਬਲ ਵਗੈਰਾ ਹੋਰ ਜ਼ਰੂਰੀ ਸਮਾਨ ਅੰਦਰ ਰੱਖ ਦਿੱਤਾ ਗਿਆ ਅਤੇ ਜਿਵੇਂ ਜਿਵੇਂ ਆਪਾਂ ਹੋਰ ਅੱਗੇ ਵਧੇ 1920 ਅਤੇ 1960 ਦੇ ਦੌਰਾਨ ਇਹਨਾਂ ਨੂੰ ਮੰਜੇ ਤੱਕ ਪ੍ਰੋਵਾਈਡ ਕਰ ਦਿੱਤੇ ਗਏ 2-3 ਚੀਜ਼ਾਂ ਹੋਰ ਰੱਖੀਆਂ ਗਈਆਂ ਟੇਬਲ ਵਗੈਰਾ ਅਤੇ 1960 ਤੋਂ ਲੈ ਕੇ 1980 ਦੇ ਦੌਰਾਨ ਜਿਹੜੇ ਮੰਜੇ ਸੀ ਉਹਨਾਂ ਨੂੰ ਡਬਲ ਬੈੱਡ ਤੱਕ ਕਰ ਦਿੱਤਾ ਗਿਆ ਸੋ ਦੈਟ ਕਿਸੇ ਉਹ ਰਿਲੇਟਿਵਸ ਨੇ ਜਾਂ ਫਰੈਂਡਸ ਨੇ ਉਹ ਇਕੱਠੇ ਰਹਿ ਸਕਣ ਅਤੇ ਗਾਈਜ਼ 1988 ਤੋਂ ਲੈ ਕੇ 1991 ਤੱਕ ਇੱਥੇ ਕੁਝ ਸਪੈਸ਼ਲ ਪਰਮਿਸ਼ਨਾਂ ਵੀ ਦਿੱਤੀਆਂ ਗਈਆਂ ਪ੍ਰਿਜ਼ਨਰਸ ਨੂੰ ਸੋ ਦੈਟ ਕਿ ਉਹ ਆਪਣੇ ਵਾਲਸ 'ਤੇ ਕੁਝ ਪੇਂਟਿੰਗਸ ਕਰ ਸਕਣ ਆਪਣੇ ਟਾਈਮ ਨੂੰ ਯੂਟੀਲਾਈਜ਼ ਕਰਨ ਆਪਣੇ ਮਾਈਂਡ ਨੂੰ ਡਾਈਵਰਟ ਕਰਨ ਅਤੇ ਕੁਝ ਅਪਲਾਈਂਸਿਸ ਵੀ ਇਸ ਟਾਈਮ ਉਹ ਰੱਖ ਸਕਦੇ ਸੀ ਕਿਉਂਕਿ ਜੇਲ੍ਹ ਦੇ ਵਿੱਚ ਬਿਜਲੀ ਦਾ ਜਿਹੜਾ ਫਿਟਿੰਗ ਵਗੈਰਾ ਹੋ ਚੁੱਕੀ ਸੀ 1982 ਤੱਕ ਅਤੇ ਬੈੱਡ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋ ਅਤੇ ਜਿਹੜਾ ਰੇਡੀਓ ਸਿਸਟਮ ਹੈ ਥੋੜ੍ਹੀ ਥੋੜ੍ਹੀ ਚੀਜ਼ਾਂ ਜੋ ਇਲੈਕਟ੍ਰੀਕਲ ਸਿਸਟਮ ਹੈ ਉਹ ਰੱਖ ਸਕਦੇ ਸੀ ਆਪਣੇ ਰੂਮ ਦੇ ਵਿੱਚ ਬਟ ਉਹਨਾਂ ਨੂੰ ਉਸ ਵਾਸਤੇ ਪੇ ਕਰਨਾ ਪੈਂਦਾ ਸੀ ਆਪਣੀ ਪੋਕਿਟ 'ਚ ਜੋ ਅਰਨ ਕਰਦੇ ਸੀ ਉੱਥੇ ਚੱਲਦੇ ਹਾਂ ਜੀ ਮੂਵੀ ਥੀਏਟਰ 'ਚ 1950 ਦੇ ਵਿੱਚ ਇੱਥੇ ਮੂਵੀਆਂ ਵੀ ਚੱਲਦੀਆਂ ਸੀ ਦੇਖ ਲਓ ਇਹਨਾਂ ਦਾ ਹਾਂਸੀ ਘੈਂਟ ਹੈ ਮੂਵੀ ਥੀਏਟਰ ਦਾ ਬਾਲਕਨੀ ਵੀ ਹੈ ਥੀਏਟਰ ਅਤੇ ਸਟੇਜ Vagrancy, disorderly conduct, drunk. There's also some really weird stuff like being of evil fame. Right in the middle of the white line. Very good. And be nice to my mum and dad. Even when I turn 13. How old are you? Ah, just in time. That was very good. ਹਾਂਜੀ ਗਾਈਜ਼ ਇਹ ਸੀ ਜੀ ਫਰੀਮੈਂਟਲ ਪ੍ਰਿਜ਼ਨ ਦੱਸਿਓ ਜੀ ਤੁਹਾਨੂੰ ਕਿਵੇਂ ਲੱਗੀ ਬਹੁਤ ਜ਼ਿਆਦਾ ਹਿਸਟੋਰੀਕਲ ਚੀਜ਼ ਹੈ ਅਤੇ ਤੁਸੀਂ ਵੀ ਕਦੀ ਆਏ ਹੋ ਅਤੇ ਇੱਥੇ ਵੈਸੇ ਤਾਂ ਅਲੱਗ ਅਲੱਗ ਪੈਕੇਜ ਹੈ ਸਭ ਤੋਂ ਸਿੰਪਲੈਸਟ ਵਾਲਾ ਪੈਕੇਜ ਸੀ ਜਿਹੜਾ ਕਿ ਬਿਹਾਈਂਡ ਦਾ ਬਾਰ ਸੀ ਥੋੜ੍ਹੇ ਥੋੜ੍ਹੇ ਸੈੱਲ ਦਿਖਾਏ ਅਤੇ ਮਿਲਦੇ ਹਾਂ ਜੀ ਨੈਕਸਟ ਟਾਈਮ ਅੱਜ ਤੱਕ ਖੁਸ਼ ਰਹੋ ਹੈਲਦੀ ਰਹੋ